ਕੀ ਗੱਲ ਹੋਈ ਪੂਰੀ? ਅੰਕਲ ਇੱਦਾਂ ਮੁੰਡਾ ਸੀ ਇੱਕ ਵਿਆਹਿਆ ਪਿਆ ਹੈ, ਮੈਨੂੰ ਬਲੈਕਮੇਲ ਕਰਦਾ ਅਤੇ ਮੈਂ ਪਤਾ ਕਹਿੰਦਾ ਫੋਟੋ ਹੈ ਤੇਰੀਆਂ ਲੈ ਜਾ ਕੇ, ਮੈਨੂੰ ਉੱਧਰ ਉਨੇ ਵੱਲ ਲੈ ਗਿਆ ਅਤੇ ਮੈਂ ਨਾ ਨਾ ਮਾਰਕੁੱਟ ਕੀਤੀ, ਰੇਪ ਕੇਸ ਕੀਤਾ। ਇਹ ਕੋਈ ਦੋਸਤੀ ਸੀ ਤੁਹਾਡੀ ਉਹਨਾਂ? ਹਾਂਜੀ ਦੋਸਤੀ ਸੀ। ਅਤੇ ਮੁੰਡਾ ਕਿਸੇ ਦਾ ਰਹਿਣ ਵਾਲਾ? ਮੁੰਡਾ ਰਹਿਆ ਪੜਦਾ ਹੀ ਅੰਕਲ, ਰਹਿਆ ਪੜਦਾ ਹੀ ਰਹਿਆ ਪੜਦਾ। ਅਤੇ ਕਿੱਥੇ ਲੈ ਗਿਆ ਸੀ ਤੁਹਾਨੂੰ? ਮੈਨੂੰ ਉਨੇ ਵੱਲ ਲੈ ਗਿਆ। ਹੁਣ ਕੀ ਮੰਗ ਕੀ ਹੈ ਤੁਹਾਡੀ? ਸਖ਼ਤ ਸਖ਼ਤ ਸਜ਼ਾ ਕੀਤੀ ਜਾਵੇ, ਪੁਲਿਸ ਨੇ ਵੀ ਦੱਸਿਆ ਸੀ, ਉਹਨਾਂ ਨੇ ਵੀ ਨਹੀਂ ਕੋਈ ਕਾਰਵਾਈ ਕੀਤੀ। ਸਲੋਨੀ ਦਾ ਨਾਮ ਆ। ਤੁਹਾਡੀ ਕੀ ਲੱਗ ਰਹੀ? ਮੇਰੀ ਭਤੀਜੀ। ਠੀਕ ਹੈ, ਕੀ ਗੱਲ ਹੋਈ? ਇਹ ਸਲੋਨੀ ਰਾਜਾਪੁਰ ਦੀ ਰਹਿਣ ਵਾਲੀ ਆ। ਠੀਕ ਹੈ, ਨਾਨੀ ਕੋਲ ਗਈ ਸੀ ਇਹ, ਨਾਨੀ ਕੋਲ 10ਵੀਂ 12ਵੀਂ 'ਚ ਪੜ੍ਹਦੀ ਆ ਇਹ। ਠੀਕ ਹੈ, ਉੱਥੋਂ ਇਹਨਾਂ ਦੇ ਰਾਜਾਪੁਰ ਦਾ ਮੁੰਡਾ ਲੱਡੂ ਜਿਹੜਾ ਉਹ ਲੈ ਕੇ ਗਿਆ, ਇਹਨੂੰ ਕਹਿੰਦਾ ਤੇਰੇ ਕੋਲ ਤੇਰੀਆਂ ਫੋਟੋਆਂ ਮੇਰੇ ਕੋਲ ਆ ਕੇ ਆਪਣੀਆਂ ਫੋਟੋਆਂ ਲੈ ਲਾ, ਬੇਟੀ ਨੂੰ ਕਹਿੰਦਾ। ਇਹ ਸ਼ਾ ਇੱਧਰ ਗਿਆ ਉਨੇ ਵੱਲ, ਉਨੇ ਵੱਲ ਇਹਨਾਂ ਨੂੰ ਲੈ ਗਿਆ ਵਾ, ਖੱਡ ਦੇ ਵਿੱਚ ਜਾ ਕੇ ਇਹਨਾਂ ਨੂੰ ਮਾਰ ਕਟਾਈ ਕੀਤੀ ਉਹਨਾਂ ਨੇ, ਰੇਪ ਕੇਸ ਵੀ ਕੀਤਾ ਉਹਨਾਂ ਨੇ। ਠੀਕ ਹੈ, ਮਾਰ ਕਟਾ ਕੇ ਉੱਥੇ ਸੁੱਟਿਆ ਆ ਬੱਚੀ ਨੂੰ। ਬਾਅਦ ਦੇ ਵਿੱਚ ਕੋਈ ਮਿਲਿਆ ਵਾ ਇੱਧਰ ਦੇ ਹਿਮਾਚਲ ਦੇ ਉੱਧਰ ਦੇ, ਉਹਨਾਂ ਨੇ ਇਹਨੂੰ ਚੁੱਕੀ ਚੱਕੀ ਆ, ਉਹਨਾਂ ਨੇ ਪਾਣੀ ਪੁਣੀ ਪਿਆਇਆ ਇਹਨੂੰ। ਮੁੜ ਕੇ ਕੋਈ ਜਲੰਧਰ ਦੇ ਸੀਗੇ, ਉਹਨਾਂ ਦੇ ਕੁੜੀ ਹਵਾਲੇ ਕੀਤੀ ਆ, ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਆ ਕੇ ਆਪਣੀ ਬੱਚੀ ਲੈ ਜਾਓ, ਅਸੀਂ ਜਾ ਕੇ ਫਗਵਾੜੇ ਤੋਂ ਆਪਣੀ ਬੱਚੀ ਲੈ ਕੇ ਆਉਂਦੀ ਆ। ਬਸ ਸਰ, ਸਾਡੀ ਅੱਗੇ ਇਹੋ ਹੀ ਬੇਨਤੀ, ਸਾਡਾ ਇਨਸਾਫ ਸਾਨੂੰ ਮਿਲਣਾ ਚਾਹੀਦਾ, ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ। ਸਾਡੀ ਬੇਟੀ ਦੇ ਸੱਟਾਂ ਲਾਈਆਂ ਉਹਨੇ। ਨਹੀਂ ਕੋਈ ਦੋਸਤੀ ਨਹੀਂ ਸੀ, ਬਲੈਕਮੇਲ ਕਰਦਾ ਸੀ ਬੱਚੀ ਨੂੰ, ਅੱਗੇ ਇੱਕ ਦੋ ਵਾਰੀ ਖੜੀ ਆ ਬੱਚੀ ਨੂੰ ਬਲੈਕਮੇਲ ਕਰਦਾ ਸੀ ਬੱਚੀ ਨੂੰ। ਮੁੰਡੇ ਦਾ ਨਾਂ ਦਾ ਮੈਨੂੰ ਪਤਾ ਨਹੀਂ ਹੈਗਾ, ਲੱਡੂ ਲੱਡੂ ਉਹਨੂੰ ਬੋਲਦੇ ਆ, ਰਾਜਾਪੁਰ ਦੇ ਨਾਲ ਵਾ, ਰਾਜਾਪੁਰ ਦੀ ਬੱਚੀ ਆ। ਰਾਜਾਪੁਰ ਮੁੰਡਾ ਵਿਆਹਿਆ, ਮੈਰਿਜ ਹੋਈ ਆ, ਬੇਟੀ ਆ ਉਹਦੀ ਅੱਡੀ। ਮੇਰਾ ਜੀ ਮਨਜੀਤਾ। ਮਨਜੀਤਾ ਠੀਕ ਆ, ਕਿੱਥੇ ਦੇ ਰਹਿਣ ਵਾਲੇ? ਅਸੀਂ ਸਹੀ ਰਹਿਣ ਵਾਲੇ ਹਾਂ, ਸਲੇਮਪੁਰ ਦੇ। ਅੱਛਾ, ਅਤੇ ਇਹ ਬੇਟੀ ਪੜ੍ਹਦੀ ਸੀ ਮੇਰੇ ਕੋਲ, ਅਤੇ ਬੇਟੀ ਮੇਰੀ ਦੋਤੀ ਆ ਜੀ, ਅਤੇ ਇਹਨੂੰ ਕਿਤੇ ਉੱਦਣ ਛੁੱਟੀ ਸੀਗੀ ਸਕੂਲੋਂ, ਅਤੇ ਇਹਨੂੰ ਕਿਤੇ ਕਹਿਣ ਲੱਗਾ ਵੀ ਆਪਣੀਆਂ ਫੋਟੋ ਲੈ ਜਾ, ਇਹ ਘਰੋਂ ਮੇਰੇ ਕੋਲ ਚਲ ਗਈ ਆ, ਕਹਿੰਦੇ ਫੋਟੋ ਲੈ ਜਾ। ਇਹ ਫੋਟੋ ਲੈਣ ਗਈ ਆ, ਜਲਾਲਪੁਰੋਂ ਬੈਠੀ ਆ, ਉਹ ਜਲਾਲਪੁਰੋਂ ਇਹਨੇ ਕਿਤੇ ਪਾਇਆ ਹੋਊਗਾ ਰੌਲਾ ਰੱਪਾ ਵੀ ਮੈਨੂੰ ਤਾਰ, ਕਹਿੰਦਾ ਗਾੜੀ ਆ ਜਾ, ਗਾੜੀ ਗਾੜੀ ਫੋਟੋ ਦਿੰਦਾ। ਹਿਮਾਚਲ ਵਿੱਚ ਲੈ ਗਿਆ ਜੀ, ਉੱਥੇ ਗਲਤ ਕੰਮ ਕੀਤਾ, ਇਹਨੂੰ ਮਾਰ ਕੁੱਟ ਕੇ ਸੁੱਟਿਆ ਹੈ। ਹਾਂਜੀ, ਉਹਦੇ ਵਿੱਚ ਕੋਈ ਉੱਧਰੋਂ ਬੰਦੇ ਆਏ ਸੀਗੇ, ਟਰੱਕਾਂ ਵਾਲਿਆਂ ਨੂੰ ਵੀ ਹੱਥ ਮਾਰਦੀ ਰਹੀ, ਸਾਰੇ ਗੱਡੀਆਂ ਵਾਲਿਆਂ ਨੂੰ ਹੱਥ ਮਾਰਦੀ ਰਹੀ, ਕਿਸੇ ਨੇ ਨਹੀਂ ਖਿਲਾਰਿਆ, ਕਿਸੇ ਦੇ ਰਾ ਮਿਹਰ ਪਈ ਦਿਲ, ਉਹਨਾਂ ਨੇ ਖਿਲਾਰਿਆ ਲੁਧਿਆਣੇ ਵਾਲਿਆਂ ਨੇ, ਅਤੇ ਉਹਨਾਂ ਜਲੰਧਰ ਵਾਲਿਆਂ ਦੇ ਹੱਥ ਫੜਾਈ। ਫਿਰ ਤੁਹਾਨੂੰ ਕਿੱਦਾਂ ਪਤਾ ਲੱਗਾ? ਸਾਨੂੰ ਜੀ ਫੋਨ ਉਹਨਾਂ ਨੇ ਕੀਤਾ ਸੀਗਾ, ਜਿਹੜਾ ਨੇ ਲੜਕੀ ਆਉਂਦੀ ਉੱਥੋਂ ਲੱਗ। ਹੁਣ ਕਿੱਥੇ ਉਹ ਮੁੰਡਾ ਜੀ? ਰਾਜਾਪੁਰ ਹੀ ਆ। ਹਾਂਜੀ, ਪੁਲਿਸ ਤਾਂ ਜੀ ਨਹੀਂ ਜੀ, ਕੁਛ ਨਹੀਂ। ਹਾਂਜੀ ਹਾਂਜੀ, ਕੁਛ ਨਹੀਂ ਹਜੇ ਤੱਕ। ਅੱਛਾ, ਹਾਂਜੀ, ਕੁਛ ਨਹੀਂ ਬਣਿਆ ਹਜੇ। ਸਾਡਾ ਮਨ ਇਹ ਹੈ ਜੀ, ਹਰ ਇੱਕ ਦੀ ਬੇਟੀ ਆ, ਸਭਨਾਂ ਦੀਆਂ ਬੇਟੀਆਂ, ਸਖ਼ਤ ਤੋਂ ਸਖ਼ਤ ਉਹਨੂੰ ਸਜ਼ਾ ਦਿੱਤੀ ਜਾਏ। ਆਪਾਂ ਦੀ ਇਹ ਆ ਜੀ, ਸਾਡੀ ਬੇਟੀ ਦੀਆਂ ਜਿੱਦਾਂ ਉਹਨੇ ਕੀਤਾ ਆ ਮਾੜੀ ਚੰਗੀ ਗੱਲ, ਉਹ ਸਾਨੂੰ ਇਨਸਾਫ਼ ਮਿਲਣੀ ਚਾਹੀਦਾ। ਸਾਡੇ ਕੋਲ ਇੱਕ ਸਲੋਨੀ ਨਾਮ ਦੀ ਲੜਕੀ, ਜਿਸ ਦੀ ਉਮਰ ਤਕਰੀਬਨ 16-17 ਸਾਲ ਹੈ, ਉਸਦੇ ਪਿਤਾ ਦਾ ਨਾਂ ਸੋਮ ਲਾਲ ਹੈ, ਰਾਜਾਪੁਰ ਪਿੰਡ ਦੀ ਰਹਿਣ ਵਾਲੀ ਹੈ, ਡਿਸਟ੍ਰਿਕਟ ਕਪੂਰਥਲਾ ਦੇ ਵਿੱਚ। ਕੱਲ੍ਹ ਸ਼ਾਮ ਨੂੰ 29/11/2022 ਨੂੰ ਸਾਡੇ ਕੋਲ ਤਕਰੀਬਨ 4-5 ਵਜੇ ਹੋਸਪਿਟਲ ਦੇ ਵਿੱਚ ਆਈ ਹੈ, ਔਰ ਲੜਕੀ ਦੇ ਮੁਤਾਬਿਕ ਉਸਦੇ ਨਾਲ ਗਲਤ ਕੰਮ ਕੀਤਾ ਗਿਆ ਹੈ, ਔਰ ਉਸਨੂੰ ਮਾਰ ਕੁੱਟ ਕੇ ਮੁੜ ਕੇ ਖੱਡ ਦੇ ਵਿੱਚ ਸੁੱਟ ਦਿੱਤਾ ਗਿਆ ਸੀ, ਜੋ ਕਿ ਹਿਮਾਚਲ ਸਟੇਟ ਦੇ ਵਿੱਚ ਪੈਂਦਾ ਹੈ। ਅਸੀਂ ਜੋ ਇੱਕ ਤਾਂ ਪੁਲਿਸ ਨੂੰ ਅਸੀਂ ਇਨਫੋਰਮੇਸ਼ਨ ਭੇਜ ਦਿੱਤੀ ਗਈ ਹੈ, ਉਸਦੇ ਬਾਕੀ ਜੋ ਵੀ ਰਿਪੋਰਟ ਹੈ ਉਹ ਡਾਕਟਰ ਮੁਆਇਨੇ ਤੋਂ ਬਾਅਦ ਦੇ ਵਿੱਚ ਪਤਾ ਚੱਲੇਗੀ ਸਾਨੂੰ, ਔਰ ਜੋ ਸਾਡਾ ਬਣਦਾ ਟ੍ਰੀਟਮੈਂਟ ਹੈ ਉਹ ਅਸੀਂ ਕਰ ਰਹੇ ਹਾਂ।